ਸਰਵਿਸ ਮੈਂਬਰ ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਦੇ ਪਰਿਵਾਰਾਂ ਨੂੰ ਕੰਟੈਕਟ ਕਰਨਗੇ ਜੀ ਬਿਲਕੁਲ ਪਿਛਲੇ ਜਿਹੜੇ ਪ੍ਰਸ਼ਾਸਨ ਦੇ ਦੌਰਾਨ ਇੰਨੀਆਂ ਮੌਤਾਂ ਨਹੀਂ ਸੀ ਹੋਈਆਂ ਪੂਰੇ ਕਾਰਜਕਾਲ ਦੇ ਵਿੱਚ ਜਿੰਨੀਆਂ ਇਹਨਾਂ ਦੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਨੇ ਅਮਰੀਕੀਆਂ ਦੀਆਂ ਜਿਹੜੀਆਂ ਉਹ ਖਾਸ ਕਰਕੇ ਮਿਲਟਰੀ ਦੇ ਹਿਸਾਬ ਦੇ ਨਾਲ ਉਹਨਾਂ ਤਾਂ ਚਲੋ ਕੋਵਿਡ ਦੇ ਕਰਕੇ ਤਾਂ ਜਿਹੜੀਆਂ ਉਹ ਹੋ ਹੀ ਰਹੀਆਂ ਸੀ ਉਹ ਡਿਫਰੈਂਟ ਸਟੋਰੀ ਬਣ ਜਾਂਦੀ ਆ ਪਰ ਇਹ ਇੱਕ ਕਿਉਂਕਿ ਸਾਰਿਆਂ ਨੂੰ ਦਿਸਦਾ ਹੈ ਬੰਬ ਧਮਾਕਿਆਂ ਦੀ ਗੂੰਜ ਤੇ ਆਵਾਜ਼ ਤੇ ਉਸ ਦੀਆਂ ਜਿਹੜੀਆਂ ਸ਼ੌਕਸ ਆ ਸਾਰੇ ਪਾਸੇ ਜਿਹੜੀਆਂ ਹੁੰਦੀਆਂ ਆ ਸੋ ਕਾਫੀ ਵੱਡੀ ਜਿਹੜੀ ਪ੍ਰੋਬਲਮ ਦੇ ਵਿੱਚ ਆ ਇਥੋਂ ਤੱਕ ਕਿ ਹੁਣ ਜਿਹੜਾ ਉਹਨਾਂ ਦਾ ਸਾਥੀ মিডিਆ ਵੀ ਆ ਲਿਬਰਲ মিডিਆ ਵੀ ਜਿਹੜਾ ਆ ਬਾਜਨ ਦੇ ਉੱਤੇ ਜਿਹੜਾ ਸਵਾਲ ਆ ਉਹ ਚੁੱਕਦਾ ਆ ਵੀ ਇਹ ਅਜੇ ਤੱਕ ਵੀ ਇਸ ਨੂੰ ਪੂਰੀ ਤਰ੍ਹਾਂ ਕਾਬੂ 'ਚ ਕਰਨ ਦੇ ਵਿੱਚ ਕਾਮਯਾਬ ਨਹੀਂ ਹੋਏ ਹੈਗੇ ਇਥੋਂ ਤੱਕ ਕਿ ਕੈਵਨ ਮਕਾਰਥੀ ਉਹਨਾਂ ਦੀ ਤੁਸੀਂ ਗੱਲ ਕਰ ਰਹੇ ਆ ਆ ਉਹ 임ਪੀਚਮੈਂਟ ਦੀ ਗੱਲ ਵੀ ਉਹਨਾਂ ਨੇ ਕੀਤੀ ਹੈ ਕਹਿੰਦੇ ਵੀ ਉਹ ਰਸਤਾ ਵੀ ਅਸੀਂ ਅਪਣਾ ਸਕਦੇ ਆ ਇਸ ਪੂਰੇ ਮਸਲੇ ਦੇ ਉੱਤੇ ਉੱਧਰ ਵਾਈਸ ਪ੍ਰੈਜ਼ੀਡੈਂਟ ਵਾਪਸ ਜਿਹੜੀ ਆ ਉਹ ਹੁਣ ਕਮਲਾ ਹੈਰਿਸ ਨੂੰ ਪਹੁੰਚ ਰਹੇ ਹੈਗੇ ਨੇ ਦੇਖਦੇ ਆਂ ਵੀ ਉਹਨਾਂ ਦਾ ਜਿਹੜਾ ਉਹ ਆਉਣ ਵਾਲੇ ਸਮੇਂ ਦੇ ਵਿੱਚ ਕੀ ਜਿਹੜਾ ਬਣਦਾ న్యూਸ ਰੂਮ ਦੇ ਲਈ ਜਿਹੜਾ ਆਉਣਾ ਸੀ ਉਹ ਉਹਨਾਂ ਨੇ ਦौरा ਆਪਣਾ ਕੈਲੀਫੋਰਨੀਆ ਚ ਆਉਣ ਵਾਲਾ ਉਸ ਨੂੰ ਹਾਲ ਦੀ ਘੜੀ ਰੱਦ ਉਹਨਾਂ ਨੇ ਕਰ ਦਿੱਤਾ ਆ ਇੱਕ ਇੰਟਰਪ੍ਰੀਟਰ ਦੇ ਮੁਤਾਬਕ ਕਹਿੰਦੇ ਪਈ ਹਰ ਕੋਈ ਜਿਹੜਾ ਆ ਉਹ ਅਮਰੀਕਨ ਫੌਜੀਆਂ ਦੇ ਕੋਲ ਪਹੁੰਚਣਾ ਚਾਹੁੰਦਾ ਆ ਇਹ ਵੀ ਪਤਾ ਲੱਗਿਆ ਵੀ ਤਾਲੀਬਾਨ ਬੀਬੀਆਂ ਦਾ ਜਿਹੜਾ ਆ ਕਟਾਪਾ ਕਰ ਰਿਹਾ ਹੈਗੇ ਆ ਅਫਗਾਨਿਸਤਾਨ ਤੋਂ ਜਿਹੜੇ ਰਿਫਿਊਜੀਜ਼ ਹੈਗੇ ਆ ਉਹ ਵੱਖ-ਵੱਖ ਮੁਲਕਾਂ 'ਚ ਜਿਹੜੇ ਪਹੁੰਚਣੇ ਸ਼ੁਰੂ ਹੋ ਗਏ ਆ ਬ੍ਰਿਟੇਨ ਦੇ ਵਿੱਚ ਵੀ ਸਾਊਥ ਕੋਰੀਆ ਦੇ ਵਿੱਚ ਵੀ ਯੂਐਸ ਦੇ ਵਿੱਚ ਵੀ ਜੌਰਜੀਆ ਦੇ ਵਿੱਚ ਜਿਹੜੇ ਆ ਕੁਝ ਜਿਹੜੇ ਅਫਗਾਨ ਫੈਮਿਲੀਜ਼ ਆ ਉਹ ਪਹੁੰਚਣਗੇ ਜੀ ਬਿਲਕੁਲ ਉਧਰ ਜਪਾਨ ਕਹਿੰਦਾ ਵੀ ਅਸੀਂ ਵੀ ਜੇ ਉੱਥੋਂ ਲੋਕਾਂ ਨੂੰ ਕੱਢਣਾ ਹੈ ਤੇ ਉਸ ਦੇ ਵਿੱਚ ਅਸੀਂ ਮਦਦ ਕਰਨ ਦੇ ਲਈ ਤਿਆਰ ਆ ਪਿਛਲੇ 24 ਘੰਟਿਆਂ ਦੇ ਵਿੱਚ 12500 ਲੋਕਾਂ ਨੂੰ ਕਾਬਲ ਤੋਂ ਅਮਰੀਕਾ ਨੇ ਹੀ ਜਿਹੜਾ ਉਹ ਕੱਢਿਆ ਹੈਗਾ ਆ ਤੇ ਹੁਣ ਤੱਕ ਅਮਰੀਕਾ ਦੇ ਦੁਆਰਾ 1,05,000 ਲੋਕਾਂ ਨੂੰ ਅਫਗਾਨਿਸਤਾਨ ਦੇ ਵਿੱਚੋਂ ਕੱਢ ਲਿਆ ਆ ਗਿਆ ਹੈਗਾ ਆ ਸੋ ਜੁਲਾਈ ਤੋਂ ਬਾਅਦ ਦੇ ਵਿੱਚ ਜੇ ਅੰਕੜਿਆਂ ਦੇ ਉੱਤੇ ਨਜ਼ਰ ਮਾਰੀਏ ਤੇ 1,10,600 ਲੋਕਾਂ ਨੂੰ ਜਿਹੜਾ ਉੱਥੋਂ ਕੱਢਿਆ ਗਿਆ ਹੈ ਹੁਣ ਵੱਡਾ ਜਿਹੜਾ ਹਰਜੋਤ ਸਿੰਘ ਜੀ ਸਵਾਲ ਇਹ ਵੀ ਰਹੂਗਾ ਵੀ ਇਹ ਜਿੰਨਿਆਂ ਨੂੰ ਵੈਕੂਏਟ ਕੀਤਾ ਗਿਆ ਆ ਇਹਨਾਂ ਸਾਰਿਆਂ ਦੀ ਜਿਹੜੀ ਬੈਕਗ੍ਰਾਉਂਡ ਚੈੱਕ ਤੇ ਉਹ ਸਾਰੀਆਂ ਚੀਜ਼ਾਂ ਕਰਨੀਆਂ ਕਾਫੀ ਜੜੀਆਂ ਹੁਣ ਮੁਸ਼ਕਲ ਰਹੂਗੀ ਕਿਤੇ ਇਹ ਸਾਰੇ ਕਾਸੇ ਦੇ ਵਿੱਚ ਕੋਈ ਤਾਲੀਬਾਨੀ ਹੋਈ ਜਿਹੜੇ ਆ ਉਹ ਨਾ ਨਾਲੇ ਉਹਨ ਇਹ ਵੀ ਚਿੰਤਾ ਨਾਲ ਦੇ ਨਾਲ ਬੈਕ ਆਫ ਦਾ ਮਾਈਂਡ ਜਿਹੜੀ ਹੈ ਪ੍ਰਸ਼ਾਸਨ ਦੇ ਵਿੱਚ ਜਿਹੜੀ ਉਹ ਚੱਲ ਰਹੀ ਹੋਵੇਗੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਇਕਨੋਮੀ ਦੇ ਨਾਲ ਸੰਬੰਧਿਤ ਜਿਹੜੀ ਇਹ ਖਬਰ ਆ ਫੈਡ ਚੇਅਰ ਜੇਰੋਮ ਪਾਵਲ ਉਹਨਾਂ ਨੇ ਅੱਜ ਜਿਹੜੇ ਆ ਕੁਝ ਗੱਲਾਂ ਆਖੀਆਂ ਆ ਉਹਨਾਂ ਨੇ ਕਿਹਾ ਵੀ ਜਿਹੜੀ ਇਕਨੋਮੀ ਨੂੰ ਫੈਡਰਲ ਰਿਜ਼ਰਵ ਸਪੋਰਟ ਕਰ ਰਿਹਾ ਸੀਗਾ ਉਹ ਹੋ ਸਕਦਾ ਵੀ ਉਸ ਦੇ ਵਿੱਚੋਂ ਹੌਲੀ ਹੌਲੀ ਹੱਥ ਜਿਹੜੇ ਉਹ ਪਿੱਛੇ ਖਿੱਚਣੇ ਸ਼ੁਰੂ ਕਰ ਸਕਦੇ ਆ ਜੀ ਇਸ ਤਰੀਕੇ ਦੇ ਨਾਲ ਰਿਕਵਰੀ ਜਿਹੜੀ ਆ ਵਾਪਸੀ ਜਿਹੜੀ ਆ ਲੀਡ ਦੇ ਉੱਤੇ ਆਉਣ ਵਾਲੀ ਇਕਨੋਮੀ ਆ ਜੀ ਉਹ ਇਦਾਂ ਹੀ ਚੱਲਦੀ ਰਹੀ ਸੋ ਹਰ ਮਹੀਨੇ ਹਰਜੋਤ ਸਿੰਘ ਜੀ 120 ਬਿਲੀਅਨ ਡਾਲਰ ਐਸੈਟਸ ਜਿਹੜੀ ਆ ਉਹ ਖਰੀਦ ਰਹੀ ਆ ਫੈਡਰਲ ਰਿਜ਼ਰਵ ਤਾਂ ਜੋ ਇਕਨੋਮੀ ਜਿਹੜੀ ਆ ਉਹ ਠੀਕ ਤਰੀਕੇ ਦੇ ਨਾਲ ਚੱਲਦੀ ਰਵੇ ਹੁਣ ਦੇਖੋ ਆਪਣੇ ਗੱਲਾਂ ਦੇ ਪਿੱਛੇ-ਪਿੱਛੇ ਕਿੰਨਾ ਕੁਝ ਜਿਹੜਾ ਉਹ ਚੱਲ ਰਿਹਾ ਹੁੰਦਾ ਆ ਆਪਾਂ ਨੂੰ ਕਈ ਵਾਰੀ ਨਹੀਂ ਜਿਹੜਾ ਉਹ ਖਿਆਲ ਹੁੰਦਾ ਤੇ ਇੱਥੋਂ ਇਹ ਲੱਗ ਰਿਹਾ ਆ ਅ ਵੀ ਹੋ ਸਕਦਾ ਮੌਨ ਵਾਲੇ ਸਮੇਂ ਦੇ ਵਿੱਚ ਇੰਟਰਸਟ ਰੇਟ ਵੀ ਜਿਹੜੇ ਉਹ ਵਧਾਉਣ ਕਹਿੰਦੇ ਵੀ ਲੋਕਾਂ ਨੇ ਜਿਹੜੀ ਖਪਤ ਦੀ ਦਰ ਆ ਉਹ ਪੁਆਇੰਟ 3% ਜਿਹੜੀ ਉਹ ਜ਼ਰੂਰ ਵਧੀ ਆ ਪਰ ਉਸ ਦੇ ਪਿੱਛੇ ਦੱਸਿਆ ਗਿਆ ਆ ਵੀ ਉਹਦਾ ਮੁੱਖ ਕਾਰਨ ਜਿਆਦਾ ਪੈਸੇ ਖਰਚੇ ਦਾ ਇਹ ਸੀਗਾ ਵੀ ਇਨਫਲੇਸ਼ਨ ਆ ਮਹਿੰਗਾਈ ਆ ਓਵਰ ਆਲ ਜੇ ਪਰਚੇਸਿੰਗ ਦੇਖਿਆ ਜਾਵੇ ਤਾਂ ਪੁਆਇੰਟ 1% ਦੀ ਗਿਰਾਵਟ ਪਿਛਲੇ ਸਾਲ ਦੇ ਨਾਲ ਜਿਹੜੀ ਉਹ ਹੋਈ ਹੈਗੀ ਆ ਸੋ ਹੁਣ ਟੇਪਰ ਟਾਕ ਜਿਹੜੇ ਉਹ ਚੱਲ ਰਹੇ ਆ ਸੋ ਟੇਪਰ ਟਾਕ ਉਹੀ ਹੁੰਦੇ ਆ ਵੀ ਕਿੰਨਾ ਜਿਹੜੀ ਖਰੀਦੋ ਫਰੋਕ ਤਾਂ ਉਹ ਫੈਡ ਜਿਹੜੀ ਕਰਦਾ ਰਹੇਗਾ ਇਕਨੋਮੀ ਨੂੰ ਸਸਟੇਨ ਜਿਹੜਾ ਉਹ ਕਰਨ ਦੇ ਲਈ ਸੋ ਪਰ ਨਾਲ ਉਹਨਾਂ ਨੇ ਇਹ ਸਪਸ਼ਟ ਕਰ ਦਿੱਤਾ ਵੀ ਜੇ ਕੁਝ ਵੀ ਪਾਲਿਸੀ ਦੇ ਵਿੱਚ ਚੇਂਜ ਫੈਡਰਲ ਰਿਜ਼ਰਵ ਜਿਹੜਾ ਉਹ ਕਰੂਗਾ ਖਾਸ ਕਰਕੇ ਇੰਟਰਸਟ ਰੇਟ ਨੂੰ ਲੈ ਕੇ ਸਾਰਿਆਂ ਨੂੰ ਹੀ ਲੋੜਿੰਦਾ ਸਮਾਂ ਜਿਹੜਾ ਹੈ ਕਾਫੀ ਪਹਿਲਾਂ ਹੀ ਉਸ ਪਾਲਿਸੀ ਚੇਂਜ ਦੇ ਬਾਰੇ ਦੱਸ ਦਿੱਤਾ ਜਾਊਗਾ ਤਾਂ ਜੋ ਉਸ ਹਿਸਾਬ ਦੇ ਨਾਲ ਜਿਹੜੇ ਫੈਸਲੇ ਆ ਇਆ ਉਹ ਆਪਣੇ ਹਿਸਾਬ ਦੇ ਨਾਲ ਜਿਹੜਾ ਉਹ ਚੀਜ਼ਾਂ ਨੂੰ ਜਿਹੜਾ ਉਹ ਤਬਦੀਲ ਕਰ ਸਕਣ ਜੀ ਸੁਪਰੀਮ ਕੋਰਟ ਨੇ ਕੱਲ ਜਿਹੜਾ ਡਿਸੀਜਨ ਆ ਉਹ ਪ੍ਰੈਜ਼ੀਡੈਂਟ ਵਾਈਡਨ ਐਡਮਿਨਿਸਟ੍ਰੇਸ਼ਨ ਦੇ ਅਗੇਂਸਟ ਦਿੱਤਾ ਹੈ ਕਿ ਜਿਹੜਾ ਬੈਨ ਏਵਿਕਸ਼ਨ ਦੇ ਉੱਤੇ ਉਹ ਨਹੀਂ ਲਾਇਆ ਲਾਇਆ ਜਾ ਸਕਦਾ ਸੋ ਉਸ ਬੈਨ ਨੂੰ ਬਲੌਕ ਕਰ ਦਿੱਤਾ ਹੈ ਕੁਝ ਜਿਹੜੇ ਲੈਂਡਲੋਰਡਸ ਆ ਉਹਨਾਂ ਵੱਲੋਂ ਇਹ ਲਾ ਸੂਟ ਫਾਈਲ ਕੀਤਾ ਗਿਆ ਸੀ ਭਈ ਭਾਈ ਹੁਣ ਤਾਂ ਬਹੁਤ ਮਹੀਨੇ ਹੋ ਗਏ ਜਿੱਥੇ ਤੁਸੀਂ ਐਕਸਟੈਂਡ ਕਰਦੇ ਜਾ ਰਹੇ ਹੈਗੇ ਆ ਏਵਿਕਸ਼ਨ ਨੂੰ ਇਹ ਇਲੀਗਲ ਹੈਗਾ ਸੋ ਸੁਪਰੀਮ ਕੋਰਟ ਨੇ ਜਿਹੜਾ ਉਹ ਬੈਨ ਆ ਉਹਨੂੰ ਚੱਕ ਮੋਰੀਟੋਰੀਅਮ ਜਿਹੜਾ ਉਹਨਾਂ ਨੇ ਕਿਹਾ ਵੀ ਜਿਹੜਾ ਸੀਡੀਸੀ ਲਾ ਰਿਹਾ ਆ ਉਹ ਵੈਂਚੁਲੀ ਤੁਹਾਨੂੰ ਖਤਮ ਕਰਨਾ ਹੀ ਪਊਗਾ ਇਹ ਜਿਹੜਾ ਮੋਰੀਟੋਰੀਅਮ ਦੀ ਸ਼ੁਰੂਆਤ ਪਿਛਲੇ ਪ੍ਰਸ਼ਾਸਨ ਦੇ ਵਿੱਚ ਹੋਈ ਸੀ ਜਦੋਂ ਕਾਂਗਰਸ ਨੇ ਇਸ ਨੂੰ ਅਪਰੂਵ ਕੀਤਾ ਸੀਗਾ ਕਾਂਗਰਸ ਤੇ ਜਿਹੜਾ ਕਰਦੀ ਉਹ ਸੰਵਧਾਨਿਕ ਤੌਰ ਤੇ ਹੁੰਦਾ ਆ ਪਰ ਜਿਹੜੇ ਜਸਟਿਸਿਸ ਸੀਗੇ ਜਿਹੜੇ ਖਾਸ ਕਰਕੇ ਕਨਜ਼ਰਵੇਟਿਵ ਕਿਉਂਕਿ 3 ਦੇ ਮੁਕਾਬਲੇ 6 ਦੇ ਵੋਟ ਦੇ ਨਾਲ ਜਿਹੜੇ ਜਸਟਿਸ ਸੁਪਰੀਮ ਕੋਰਟ ਦੇ ਉਹਨਾਂ ਨੇ ਕਿਹਾ ਵੀ ਇਹ ਮੋਰੀਟੋਰੀਅਮ ਨੂੰ ਹੁਣ ਲਿਫਟ ਕਰਨਾ ਚਾਹੀਦਾ ਆ ਸੀਡੀਸੀ ਨੇ ਇੱਕ ਵਰਕਰਾਊਂਡ ਜਿਹੜਾ ਉਹ ਲੱਭਿਆ ਸੀਗਾ ਮੋਰੀਟੋਰੀਅਮ ਖਤਮ ਹੋਣ ਤੋਂ ਬਾਅਦ ਚ ਵੀ ਜਿੱਤੇ ਜਿੱਤੇ ਤੇਜ਼ੀ ਦੇ ਨਾਲ ਜਿਹੜੀਆਂ ਕਾਉਂਟੀਜ਼ ਦੇ ਵਿੱਚ ਕੇਸਿਸ ਵੱਧ ਰਹੇ ਹੈਗੇ ਆ ਉਥੇ ਵੈਕਸ਼ਨ ਮੋਰੀਟੋਰੀਅਮ ਰਹੂਗਾ ਕਿੰਨੇ ਵੀ ਉਹ ਕਹਿੰਦੇ ਨਾਲ 90% ਯੂਐਸ ਦੀਆਂ ਜਿਹੜੀਆਂ ਕਾਉਂਟੀਜ਼ ਆ ਉਸ ਦੇ ਅੰਡਰ ਕਵਰ ਜਿਹੜੀਆਂ ਉਹ ਹੋ ਗਈਆਂ ਸੀਗੀਆਂ ਪਰ ਹੁਣ ਕਹਿੰਦੇ ਵੀ ਇਵੈਂਚੁਅਲੀ ਇਹ ਸਾਰਾ ਕੁਝ ਹੁਣ ਖਤਮ ਹੋਣ ਜਾ ਰਿਹਾ ਹੈਗਾ ਆ ਬਾਈਡਨ ਪ੍ਰਸ਼ਾਸਨ ਨੇ ਪਹਿਲਾਂ ਹੀ ਜਿਹੜਾ ਕਿਹਾ ਸੀਗਾ ਵੀ ਇਸ ਦੇ ਵਿੱਚ ਸਾਡੇ ਹੱਥ ਤਾਂ तकरीबन ਬੱਝੇ ਹੀ ਆ ਤੇ ਕਾਂਗਰਸ ਦੇ ਵੱਲੋਂ ਅਪਰੂਵਲ ਜਿਹੜਾ ਹੈ ਹੁਣ ਮੋਰੀਟੋਰੀਅਮ ਨੂੰ ਐਕਸਟੈਂਡ ਕਰਨ ਦਾ ਉਹ ਹੋਣਾ तकरीबन ਨਾ ਮੁਮਕਨ ਜਿਹਾ ਹੀ ਲੱਗ ਰਿਹਾ ਹੈਗਾ ਜੀ ਲੇਕਤਾਹੋ ਜਿਹੜੀ ਕੈਲੀਫੋਰਨੀਆ ਤੇ ਕੁਝ ਹਿੱਸਾ ਲੇਕਤਾਹੋ ਦਾ ਕੈਲੀਫੋਰਨੀਆ ਚ ਕੁਝ ਹਿੱਸਾ ਜਿਹੜਾ ਆ ਉਹ ਨਵਾੜਾ ਨਵਾੜਾ ਰੀਨੋ ਦੇ ਵਿੱਚ ਆ ਉੱਥੇ ਧੂਏ ਨੇ ਜਿਹੜਾ ਆ ਧੂਆਂ ਇੰਨਾ ਜਿਆਦਾ ਆ ਕਹਿੰਦੇ ਵੀ ਕੋਸ਼ ਫੁੱਟ ਤੱਕ ਵੀ ਜਿਹੜੇ ਲੋਕਾਂ ਨੂੰ ਇੱਕ ਦੂਜੇ ਨੂੰ ਦੇਖਣਾ ਬੜਾ ਮੁਸ਼ਕਲ ਹੋਇਆ ਹੈ ਸਾਹ ਲੈਣਾ ਵੀ ਜਿਹੜਾ ਕਾਫੀ ਮੁਸ਼ਕਲ ਹੈਗਾ ਹੈ ਕਾਲਡੋਰ ਜਿਹੜੀ ਫਾਇਰ ਆ ਉਸ ਨੇ ਬਹੁਤ ਜ਼ਿਆਦਾ ਜਿਹੜਾ ਅਸਰ ਆ ਇੱਥੇ ਕੀਤਾ ਹੋਇਆ ਹੈ ਜੀ ਬਿਲਕੁਲ ਉਧਰ ਕੈਪੀਟਲ ਪੁਲਿਸ ਦੇ ਕੁਝ ਅਫਸਰ ਆ ਉਹਨਾਂ ਨੇ ਸਾਬਕਾ ਰਾਸ਼ਪਤੀ 트ੰਪ ਉਹਨਾਂ ਦਾ ਜਿਹੜਾ ਇੱਕ ਸਪੋਰਟਰ ਰੌਜਰ ਸਟੋਨ ਪ੍ਰਾਊਡ ਬॉयਜ਼ ਜਿਹੜੀ ਇੱਕ ਰਾਈਟ ਵਿੰਗ ਸੰਸਥਾ ਉਹ ਆ ਤੇ ਹੋਰ ਕਈ ਜਾਣਿਆਂ ਨੂੰ 6 ਜਨਵਰੀ ਦੀ ਇਨਵੇਜਨ ਦੇ ਲਈ ਕਹਿੰਦੇ ਆ ਉਸ ਚੀਜ਼ ਦੇ ਖਿਲਾਫ ਲਾ ਸੂਟ ਫਾਈਲ ਕੀਤਾ ਆ 7 ਯੂ ਐਸ ਕੈਪੀਟਲ ਪੁਲਿਸ ਦੇ ਅਫਸਰ ਉਹ ਇਹਨਾਂ ਸਾਰਿਆਂ ਨੂੰ ਦੋਸ਼ੀ ਮੰਨਦੇ ਆ ਵੀ ਜਿਹੜੀ ਇਨਸਰੈਕਸ਼ਨ ਅਤਿ ਕੈਪੀਟਲ ਦੇ ਵਿੱਚ 6 ਜਨਵਰੀ ਨੂੰ ਹੋਈ ਸੀਗੀ ਵੀ ਉਸ ਦੇ ਲਈ ਇਹ ਸਿੱਧੇ ਤੌਰ ਦੇ ਉੱਤੇ ਜ਼ਿੰਮੇਵਾਰ ਹੈਗੇ ਨੇ ਕਹਿੰਦੇ ਵੀ ਇਹ ਅਫਸਰਾਂ ਨੇ ਇੱਕ ਅਤਿ ਤੌਰ ਦੇ ਉੱਤੇ ਹੁਣ ਦੋਸ਼ ਲਾਏ ਆ ਵੀ ਜਿਹੜੇ ਇਹ ਲੋਕ ਆ ਇਹਨਾਂ ਨੇ ਕਾਂਗਰਸ ਨੂੰ ਰੋਕਣ ਦੇ ਲਈ ਹੀ ਇਹ ਸਾਰਾ ਕੁਝ ਜਿਹੜਾ ਉਹ ਕੀਤਾ ਸੀਗਾ ਜਦੋਂ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਦੀ ਇਲੈਕਟਰਲ ਕਾਲਜ ਦੀ ਵਿਕਟਰੀ ਆ ਉਸ ਨੂੰ ਪ੍ਰਮਾਣਿਤ ਉਥੇ ਕਰਨਾ ਸੀਗਾ ਸੋ ਇਹ ਵੈਸਟ ਜਿਹੜਾ ਵਾਸ਼ਿੰਗਟਨ ਫੈਡਰਲ ਡਿਸਟ੍ਰਿਕਟ ਕੋਰਟ ਆ ਉਸ ਦੇ ਵਿੱਚ ਲਾ ਸੂਟ ਫਾਈਲ ਕੀਤਾ ਗਿਆ ਹੈਗਾ ਜੀ ਸੋ ਬਿਲਕੁਲ ਸਾਡਾ ਖਬਰਾਂ ਦਾ ਸਮਾਪਤੀ ਵੱਲ ਜੀ ਜੀ ਬਿਲਕੁਲ ਸ਼ੈਨੋਜ਼ਮੈਂਟ ਵੀ ਕਰਨੀ ਹੈਗੀਆ ਹਾਂ ਜੀ ਬਿਲਕੁਲ ਤੇ ਸੋ ਉਸ ਦੇ ਬਾਬਤ ਦੱਸ ਜਾਈਏ ਇੱਕ ਤਾਂ ਕੱਲ ਪਰਸੋਂ ਨੂੰ ਗੁਰਦੁਆਰਾ ਸਾਹਿਬ ਸੈਨੋਜ਼ੇ ਵਿਖੇ ਜਿਹੜੇ ਆਰਟਿਸਟ ਪਰਮ ਸਿੰਘ ਆ ਉਹਨਾਂ ਦੀ ਜਿਹੜੀ ਪੇਂਟਿੰਗਸ ਆ ਉਹਨਾਂ ਦੀ ਐਗਜ਼ਿਬਿਸ਼ਨ ਆ ਉਹ ਲੱਗੇਗੀ ਸੋ ਪਰਿਵਾਰਾਂ ਸਮੇਤ ਜਾ ਕੇ ਉਹ ਐਗਜ਼ਿਬਿਸ਼ਨ ਨੂੰ ਦੇਖੋ ਦੋ ਦਿਨ ਤੁਸੀਂ ਦੇਖ ਸਕਦੇ ਆ ਫ੍ਰੈਜ਼ ਨੂੰ ਵਿੱਚ ਤੇ ਫਿਰ ਫ੍ਰੀ ਮਾਉਂਟ ਦੇ ਵਿੱਚ ਉਹਨਾਂ ਦੀ ਇਸ ਐਗਜ਼ਿਬਿਸ਼ਨ ਨੂੰ ਕਾਫੀ ਵੱਡੀ ਸਫਲਤਾ ਜਿਹੜੀ ਆ ਉਹ ਮਿਲੀ ਕਾਫੀ ਲੋਕਾਂ ਨੇ ਸਰਾਇਆ ਉਹਨਾਂ ਨੇ ਉਸਤੇ ਬਾਰੇ ਜਿਹੜੇ ਉਹ ਦੇਖ ਕੇ ਆਏ ਆ ਤੇ ਹਾਂ ਹੁਣ ਮੌਕਾ ਹੈਗਾ ਇੱਕ ਵਾਰੀ ਫੇਰ ਕਿਉਂਕਿ ਫੇਰ ਉਹਨਾਂ ਨੇ ਵਾਪਸ ਪਰਤ ਜਾਣਾ ਹੈ ਕੈਨੇਡਾ ਨੂੰ ਸੋ ਐਗਜ਼ਿਬਿਸ਼ਨ ਲਾਸਟ ਐਗਜ਼ਿਬਿਸ਼ਨ ਉਹਨਾਂ ਦੀ ਜਿਹੜੀ ਇਹ ਹੈਗੀ ਆ ਅਮਰੀਕਾ ਦੇ ਵਿੱਚ ਬੀਅਰ ਜਾਂ ਸੈਨੋਜ਼ੇ ਦੇ ਵਿੱਚ ਸੋ ਕੱਲ ਤੇ ਪਰਸੋਂ ਨੂੰ ਤੁਸੀਂ ਉੱਥੇ ਜਾ ਕੇ ਸੈਨੋਜ਼ੇ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਉਸ ਨੂੰ ਐਗਜ਼ਿਬਿਸ਼ਨ ਨੂੰ ਦੇਖ ਸਕਦੇ ਆ ਤੇ ਬਹੁਤ ਸਾਰੇ ਜਿਹੜੇ ਕੈਨੇਡੀਅਨ ਆਪਣੇ ਭੈਣ ਭਰਾ ਆ ਉਹ ਅਮਰੀਕਾ ਨੂੰ ਇਮੀਗਰੈਂਟ ਹੋਣਾ ਚਾਹੁੰਦੇ ਆ ਉਹਦੇ ਸਬੰਧ ਦੇ ਵਿੱਚ ਕੱਲ ਨੂੰ ਸ਼ਨੀਚਰਵਾਰ ਸਵੇਰੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਆਪਣੇ ਜਿਹੜੇ ਅਟਾਰਨੀ ਆ ਜੇ ਤੇ ਰਿਕਿਆਣਾ ਜੀ ਉਹ ਇਹਦੇ ਉੱਤੇ ਸਪੈਸ਼ਲ ਜਿਹੜਾ ਆ ਆਪਣੇ ਪੂਰੀ ਇਨਫੋਰਮੇਸ਼ਨ ਦੇਣਗੇ ਤੇ ਉਸ ਤੋਂ ਬਾਅਦ ਜੇ ਕਿਸੇ ਦਾ ਕੁਐਸਚਨ ਹੋਇਆ ਤੇ ਉਹ ਵੀ ਤੁਸੀਂ ਉਹਨਾਂ ਨੂੰ ਪੁੱਛ ਸਕਦੇ ਆ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਸਵੇਰ ਦੇ 9 ਵਜੇ ਤੋਂ ਲੈ ਕੇ 10:30 ਵਜੇ ਤੱਕ ਤੇ ਅਗਲਾ ਹੈਗਾ અનુਪਮ ਖੇਰ ਜਿਹੜਾ ਬੀਜੇਪੀ ਦਾ ਮਾਊਥ ਪੀਸ ਹੈਗਾ ਆਪਾਂ ਨੂੰ ਪਤਾ ਹੀ ਆ ਕਿ ਉਸਨੇ ਆਪਣੇ ਜਿਹੜੇ ਬਜ਼ੁਰਗਾਂ ਮੋਤਾਮਾਂ ਆ ਭੈਣਾ ਭਰਾ ਉਹਨਾਂ ਨੂੰ ਬਹੁਤ ਗੰਦੀ ਭਾਸ਼ਾ ਇੰਡੀਆ ਦੇ ਵੱਖ-ਵੱਖ ਚੈਨਲਾਂ ਤੇ ਬੋਲੀ ਆ ਕਦੇ ਉਹਨਾਂ ਨੂੰ ਟੁਕੜੇ ਗੈਂਗ ਖਾਲਸਤਾਨੀ ਅਤਵਾਦੀ ਕਾਮਰੇਡ ਕਿਹਾ ਆ ਉਹਦੇ ਜਿਹੜੇ ਸ਼ੋਅ ਆ ਅਮਰੀਕਾ 'ਚ ਹੋ ਰਿਹਾ ਆ ਤੇ ਜਿੰਨੇ ਵੀ ਆਪਣੇ ਪੰਜਾਬੀ ਆ ਉਹਨਾਂ ਨੇ ਉਸ ਦੇਸ਼ ਚੋਂ ਆ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ ਆ ਕੈਲੀਫੋਰਨੀਆ ਦੇ ਸ਼ਹਿਰ ਮਿਲਪੀਟਸ ਆ ਇਹ ਛੋਟਾ ਜਿਹਾ ਸ਼ਹਿਰ ਹੈਗਾ ਆ ਸੈਨੋਜ਼ੇ ਤੇ ਫਰੀ ਮੋਡ ਦੇ ਵਿਚਾਲੇ 29 ਅਗਸਤ ਦਿਨ ਐਤਵਾਰ ਨੂੰ ਉਹਦਾ ਸ਼ੋਅ ਰੱਖਿਆ ਆ 5:30 ਵਜੇ ਸੋ ਜਿੰਨੇ ਵੀ ਕਿਸਾਨ ਆਪਣੇ ਪੰਜਾਬੀ ਭੈਣ ਭਰਾ ਆ ਸਿੱਖ ਜਥੇਬੰਦੀਆਂ ਉਹਨਾਂ ਨੇ ਸਾਰਿਆਂ ਨੂੰ ਕਿਹਾ ਵੀ ਉੱਥੇ ਤੁਸੀਂ ਪਹੁੰਚੋ 5:30 ਵਜੇ ਸ਼ਾਮ ਨੂੰ 525 ਲਾਸ ਕੋਚਸ ਸਟਰੀਟ ਮਿਲਪੀਟਸ ਦੇ ਵਿੱਚ ਹੈਗਾ ਆ ਸਾਰਿਆਂ ਨੂੰ ਬੇਨਤੀ ਕੀਤੀ ਗਈ ਹੈ ਆਪਣੇ ਹਰੇ ਰੰਗ ਦੇ ਝੰਡੇ ਕੇਸਰੀ ਰੰਗ ਦੇ ਝੰਡੇ ਤੇ ਦਸਤਾਰਾਂ ਸਜਾ ਕੇ ਤੇ ਕਿਸਾਨੀ ਸੰਘਰਸ਼ ਦੀ ਹਮਾਇਤ ਕਰਦੇ ਹੋਏ ਪੋਸਟਰ ਲੈ ਕੇ ਆਣ ਉੱਥੇ ਇਦਾਂ ਦੀ ਸ਼ਰਾਰਤ ਨਾ ਕਰੋ ਜੋ ਇੰਡੀਅਨ ਗਵਰਨਮੈਂਟ ਕਹਿ ਰਹੀ ਆ ਕਿ ਦੇਖੋ ਜੀ ਇਹ ਤਾਂ ਆਹ ਲੋਕ ਆ ਸੋ ਉਹਦਾਂ ਦਾ ਕੰਮ ਨਹੀਂ ਕਰਨਾ ਆਪਾਂ ਬੜੇ ਹੀ ਪਿਆਰ ਦੇ ਨਾਲ ਜਿਹੜਾ ਆ ਜਿੰਨੇ ਵੀ ਆਪਣੇ ਉੱਥੇ ਭੈਣ ਭਰਾ ਜਾ ਰਿਹਾ ਜਿਨ੍ਹਾਂ ਨੇ ਪ੍ਰੋਟੈਸਟ ਕਰਨਾ ਇਹਦੇ ਅਗੇਂਸਟ ਸੋ ਇਹ ਜਿਹੜੀ ਆ ਜਸੇ ਬੰਦੀਆਂ ਜਿੰਨੀਆਂ ਵੀ ਪ੍ਰੋਟੈਸਟ ਕਰਨੀਆਂ ਉਹਨਾਂ ਵੱਲੋਂ ਇਹ ਮੈਸੇਜ ਆਇਆ ਆ ਉਹ ਆਪਾਂ ਤੁਹਾਡੇ ਨਾਲ ਸਾਂਝਾ ਕੀਤਾ ਹੈਗਾ ਜੀ ਬਿਲਕੁਲ ਤੇ ਜਾਂਦੇ ਜਾਂਦੇ ਦੱਸ ਜੀ ਇੱਕ ਬ੍ਰੇਕਿੰਗ ਨਿਊਜ਼ ਜਿਹੜੀ ਹਰਜੋਤ ਸਿੰਘ ਜੀ ਆ ਰਹੀ ਹੈ ਫਲੋਰੀਡਾ ਦੇ ਜੱਜ ਨੇ ਫਲੋਰੀਡਾ ਦੇ ਗਵਰਨਰ ਦਾ ਜਿਹੜਾ ਇੱਕ ਮੈਂਡੇਟ ਸੀਗਾ ਵੀ ਜਿਹੜੇ ਮਾਸਕ ਮੈਂਡੇਟ ਉਸ ਨੂੰ ਬੈਨ ਜਿਹੜਾ ਉਹ ਕਰ ਦਿੱਤਾ ਸੀ ਐਗਜ਼ੀਕਿਊਟਿਵ ਪਾਵਰਸ ਦੇ ਤਹਿਤ ਉਸ ਨੂੰ ਉਹਨਾਂ ਨੇ ਗੈਰ ਸਵਿਧਾਨਿਕ ਅਨਲੌਫਲ ਜਿਹੜਾ ਆ ਉਹ ਐਲਾਨ ਦਿੱਤਾ ਆ ਇਹ ਹੋਣ ਤੋਂ ਬਾਅਦ ਦੇ ਵਿੱਚ ਜਿਹੜੀਆਂ ਲੋਕਲ ਸਕੂਲ ਡਿਸਟ੍ਰਿਕਟਸ ਆ ਉਹਨਾਂ ਦੇ ਕੋਲ ਕਹਿੰਦੇ ਆ ਉਹ ਹੁਣ ਮੌਕਾ ਹੋਊਗਾ ਵੀ ਜਿੱਥੇ-ਜਿੱਥੇ ਉਹ ਮਾਸਕ ਮੈਂਡੇਟ ਲਾਉਣਾ ਚਾਹੁੰਦੇ ਆ ਉਹ ਸਕੂਲ ਡਿਸਟ੍ਰਿਕਟਸ ਜਿਹੜੀਆਂ ਉਹ ਲਾ ਸਕਣਗੇ ਲੀਓਨ ਕਾਉਂਟੀ ਸਰਕਟ ਜੱਜ ਜான் ਸੀ ਕੁਪਰ ਉਹਨਾਂ ਨੇ ਇਹ ਫੈਸਲਾ 4 ਦਿਨਾਂ ਦੇ ਜਿਹੜੇ ਚੱਲੇ ਟ੍ਰਾਇਲ ਆ ਉਸ ਤੋਂ ਬਾਅਦ ਦੇ ਵਿੱਚ ਇਹ ਅੱਜ ਸੁਣਾਇਆ ਆ ਜੱਜ ਨੇ ਇਹ ਕਲੀਅਰ ਕੀਤਾ ਆ ਵੀ ਉਹ ਗਵਰਨਰ ਸੈਂਟਸ ਦੇ ਖਿਲਾਫ ਨਹੀਂ ਜਿਹੜਾ ਉਹ ਰੂਲ ਕਰ ਰੇ ਬਲਕਿ ਉਹ ਉਸ ਚੀਜ਼ ਦੇ ਖਿਲਾਫ ਕਰ ਰਿਹਾ ਵੀ ਇਸ ਤਰੀਕੇ ਦੇ ਨਾਲ ਗਵਰਨਰ ਜਿਹੜਾ ਆਪਣੀ ਇੱਕ ਬਲੈਂਕਟ ਆਰਡਰ ਜਿਹੜਾ ਆ ਉਹ ਇਨਫੋਰਸ ਨਹੀਂ ਕਰ ਸਕਦਾ ਲੋਕਲ ਮਾਸਕ ਮੰਡੇਟਸ ਆ ਉਹਨਾਂ ਦੇ ਉੱਤੇ ਸੋ ਅ ਸੋ ਇਹ ਹੁਣ ਇਹ ਇਹ ਉੱਥੇ ਫੈਸਲਾ ਜਿਹੜਾ ਉੱਧਰ ਆਇਆ ਉੱਧਰ ਟੈਕਸਸ ਦੇ ਵਿੱਚ ਗਵਰਨਰ ਐਬਟ ਆ ਉਹਨਾਂ ਦੇ ਹੱਕ ਦੇ ਵਿੱਚ ਜਿਹੜਾ ਉਹ ਫੈਸਲਾ ਆਇਆ ਸੀਗਾ ਵੀ ਇਸ ਤਰੀਕੇ ਨਾਲ ਜਿਹੜੇ ਮਾਸਕ ਮੰਡੇਟਸ ਨੂੰ ਬੈਨ ਕਰਨ ਵਾਲੀ ਗੱਲ ਆ ਉਹ ਉਹਨਾਂ ਦੀ ਠੀਕ ਹੈਗੀ ਆ ਸੋ ਦੋ ਸੂਬਿਆਂ ਦੇ ਵਿੱਚ ਸੇਮ ਤਰੀਕੇ ਦੇ ਜਿਹੜੇ ਕੇਸ ਦੋ ਵੱਖ-ਵੱਖ ਫੈਸਲੇ ਜਿਹੜੇ ਆ ਉਹ ਆਏ ਆ ਸੋ ਜੁਡੀਸ਼ਰੀ ਇਸ ਤਰੀਕੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਆਪਾਂ ਦੇਖ ਰਹੇ ਆ ਵੀ ਹਰਕਤ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਹੈਗੀ ਆ ਜੀ ਤੇ ਆ ਹੁਣ ਇੱਥੇ ਜਿਹੜਾ ਆਪਣਾ ਅੱਜ ਦਾ ਪ੍ਰੋਗਰਾਮ ਸਮਾਪਤ ਹੈਗਾ ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੋਂ ਤੱਕ ਲਈ ਮੈਨੂੰ ਰਾਜਕਨ ਮਿਸ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ ਸਾਡੇ ਦੋਨੋਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਨੇ ਕੀ ਜਾਈ ਸਤਿ ਸ੍ਰੀ ਅਕਾਲ ਯੂਨੀਵਰਸਿਟੀ ਰੋ ਹਾਸਤੇ ਖੇਲਦੇ ਰੋ ਸੁਣਦੇ ਰੋ ਪੰਜਾਬੀ ਰੇਡੀਓ ਯੂਐਸਏ